ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਮੁੰਡੀ ਫੈਮਿਲੀ ਵਲੌਗ 'ਤੇ। ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ, ਠੀਕ ਠਾਕ ਹੋਵੋਗੇ। ਅਤੇ ਇਸ ਉਮੀਦ ਦੇ ਨਾਲ ਆਪਾਂ ਅੱਜ ਜਿਹੜਾ ਵਲੌਗ ਸ਼ੁਰੂ ਕਰਦੇ ਹਾਂ ਤੁਹਾਡੇ ਨਾਲ, ਅਤੇ ਇਹ ਬਣ ਰਿਹਾ ਦਲੀਆ। ਅਤੇ ਹਾਂਜੀ, ਇਹ ਬਣਾਉਂਦੇ ਆਪਾਂ ਦਲੀਆ। ਦਲੀਆ ਥੋੜ੍ਹਾ ਜਿਹਾ ਹੀ ਬਣਾਉਣਾ। ਕਿਹਦੇ ਲਈ ਬਣਾਉਂਦੇ ਆਪਾਂ, ਤੁਹਾਨੂੰ ਦਿਖਾਉਂਦੇ ਹਾਂ ਕੌਣ ਬਿਮਾਰ ਹੋਇਆ ਰਾਤ, ਚੰਗਾ ਭਲਾ ਬਸ ਰੋਟੀ ਪਾਣੀ ਖਾ ਕੇ ਪਏ, ਅਤੇ ਉਸ ਤੋਂ ਬਾਅਦ ਕੌਣ ਬਿਮਾਰ ਹੋਇਆ। ਮਿਲਾਉਂਦੇ ਹਾਂ ਆਪਾਂ ਤੁਹਾਨੂੰ ਆਪਣੇ ਬਿਮਾਰ ਬੰਦੇ ਦੇ ਨਾਲ, ਕੌਣ ਆ ਬਿਮਾਰ, ਕਿਹਦੇ ਲਈ ਦਲੀਆ ਬਣਦਾ। ਅਤੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਬੈੱਲ ਦੇ ਨਾਲ ਸਬਸਕ੍ਰਾਈਬ ਕਰ ਲਓ, ਐਂਡ ਹੁੰਦੀ ਆ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ, ਅਤੇ ਆਪਣਾ ਇੱਕ ਕਮੈਂਟਸ ਕਰਕੇ ਜ਼ਰੂਰ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ, ਠੀਕ ਆ ਜੀ। ਅਤੇ ਹੁਣ ਇਹਦੇ ਵਿੱਚ ਆਪਾਂ ਮਿੱਠਾ ਪਾ ਲਈਏ, ਅਤੇ ਫਿਰ ਇਹਨੂੰ ਠੰਡਾ ਕਰਕੇ ਫਿਰ ਆਪਾਂ ਜਿਹੜੇ ਬੰਦੇ ਨੂੰ ਬੁਖਾਰ ਚੜਿਆ ਹੋਇਆ, ਖੰਘ ਜ਼ੁਕਾਮ ਹੋਇਆ, ਗਲਾ ਖਰਾਬ ਆ, ਉਹਨੂੰ ਦਿੰਦੇ ਹਾਂ। ਕਿਉਂਕਿ ਹੁਣ ਬਾਹਰ ਜਿਹੜਾ ਮੀਂਹ ਪੈਂਦਾ, ਤੁਹਾਨੂੰ ਦਿਖਾਉਂਦੇ ਹਾਂ। ਲਓ ਜੀ, ਦਲੀਆ ਜਿਹੜਾ ਬਣ ਗਿਆ, ਹੁਣ ਇਹਨੂੰ ਆਪਾਂ ਪਲੇਟ 'ਚ ਪਾ ਲੈਂਦੇ ਹਾਂ ਥੋੜ੍ਹਾ ਜਿਹਾ, ਕਿਉਂਕਿ ਇੰਨਾ ਥੋੜ੍ਹੀ ਉਹਨੇ ਖਾਣਾ। ਇਹ ਤਾਂ ਤੁਹਾਨੂੰ ਪਤਾ ਹੀ ਆ ਆਪਣਾ, ਫਿਰ ਵੀ ਜਦੋਂ ਇੱਕ ਬੰਦਾ ਬਿਮਾਰ ਹੁੰਦਾ ਫਿਰ ਆਪਾਂ ਥੋੜ੍ਹਾ ਥੋੜ੍ਹਾ ਸਾਰੇ ਹੀ ਖਾ ਲੈਂਦੇ ਹਾਂ, ਉਹ ਤਾਂ ਇੰਨਾ ਕੁ ਖਾ ਲਵੇ ਬਹੁਤ ਆ। ਹੁਣ ਤੁਹਾਨੂੰ ਦੱਸਦੇ ਹਾਂ ਵੀ ਕੌਣ ਬਿਮਾਰ ਆ, ਅਤੇ ਬਿਮਾਰ ਬੰਦੇ ਨੂੰ ਮਿਲੋ, ਪਹਿਚਾਣੋ ਤਾਂ ਕੌਣ, ਪਹਿਚਾਣੋ ਕੌਣ ਬਿਮਾਰ ਆ। ਜੁਝਾਰਵੀ ਸਿੰਘ ਦਾ ਅੱਜ ਕੀ ਬਣਿਆ ਪਿਆ, ਕੀ ਬਣ ਗਿਆ ਤੇਰਾ, ਕੀ ਹੋ ਗਿਆ ਦੱਸੀ। ਮੈਨੂੰ ਡਾਕਟਰ ਤੇ ਨਹੀਂ ਲੈ ਕੇ ਜਾਂਦੇ। ਤੈਨੂੰ ਡਾਕਟਰ ਤੇ ਲੈ ਕੇ ਨਹੀਂ ਜਾਂਦੇ ਅਸੀਂ? ਹਾਏ, ਜੁਝਾਰ ਨੂੰ ਅਸੀਂ ਡਾਕਟਰ ਤੇ ਨਹੀਂ ਲੈ ਕੇ ਜਾਂਦੇ। ਤੇ ਇਹਦਾ ਪੇਪਰ ਆ ਦੇਖ ਲਓ, ਕਿਵੇਂ ਕਿਤਾਬਾਂ ਖਿਲਾ ਰਹੀਆਂ ਨੇ, ਮੈਨੂੰ ਆਪ ਤਰਸ ਆਈ ਜਾਂਦਾ ਦੇਖੀ। ਹਾਏ, ਬੁਖਾਰ ਵੀ ਕਾਫੀ ਜ਼ਿਆਦਾ ਆ, ਤੇ ਸਵੇਰ ਤਾਂ ਮੈਂ ਇਹਨੂੰ ਦਵਾਈਆਂ ਦਿੱਤੀਆਂ, ਦੇਖ ਲਓ ਤੁਸੀਂ ਇਹਦੀਆਂ ਦਵਾਈਆਂ ਪਈਆਂ ਟੇਬਲ ਤੇ। ਤੇ ਰਾਤ ਹੀ ਦਿੰਨੀ ਆ, 11 ਕੁ ਵਜੇ ਦੀ ਮੈਂ ਇਹਦੇ ਤੇ ਹੀ ਆ ਦਵਾਈਆਂ ਦਿੰਨੀ ਆ। ਹਾਂ, ਮੈਂ ਦਲੀਆ ਰੱਖਿਆ ਬੱਚੇ ਬਾਹਰੇ, ਇੱਥੇ ਪੱਖਾ ਨਹੀਂ ਲਾਉਣ ਦਿੰਦਾ, ਕਹਿੰਦਾ ਮੈਨੂੰ ਠੰਡ ਲੱਗਦੀ ਆ, ਪਰ ਰੱਖਿਆ ਮੈਂ ਤਾਂ ਦਲੀਆ ਠੰਡਾ ਹੋਣ ਵਾਸਤੇ। ਅਤੇ ਇਹਨੂੰ ਆਪਾਂ ਦਲੀਆ ਖਿਲਾਉਂਦੇ ਹਾਂ, ਅਤੇ ਫਿਰ ਡਾਕਟਰ ਦੇ ਲੈ ਕੇ ਜਾਂਦੇ। ਡਾਕਟਰ ਦੇ ਲੈ ਕੇ ਤਾਂ ਜਾਣਾ ਸੀਗਾ, ਫਿਰ ਇੱਕ ਦਵਾਈਆਂ ਬੱਚਾ ਨਾ ਤਾਂ ਟੀਕਾ ਲਵਾਉਂਦਾ, ਹੈ ਨਾ, ਇੰਜੈਕਸ਼ਨ ਇਹਨੇ ਲਵਾਉਣਾ ਨੀਗਾ, ਅਤੇ ਫਿਰ ਡਾਕਟਰ ਨੇ ਉਹੀ ਦਵਾਈਆਂ ਦੇਣੀਆਂ ਹੁੰਦੀਆਂ ਨੇ, ਬੱਚੇ ਦੀਆਂ ਤਾਂ ਉਹੀ ਦਵਾਈਆਂ ਹੁੰਦੀਆਂ ਨੇ, ਕਰੋਸ ਹੀ ਨਹੀਂ ਹੁੰਦੀ ਆ ਬੁਖਾਰ ਤੋਂ, ਹੈ ਨਾ। ਅਤੇ ਫਿਰ ਸਵੇਰ ਦਾ ਮੀਂਹ ਪਈ ਜਾਂਦਾ, ਅਤੇ ਸਵੇਰ ਦਾ ਮੀਂਹ ਪਈ ਜਾਂਦਾ ਸੀਗਾ, ਫਿਰ ਉਹਦੇ ਕਰਕੇ ਹੁਣ ਵੀ ਮੀਂਹ ਪੈਂਦਾ ਦੇਖ ਲਓ, ਹੁਣ ਵੀ ਪਈ ਜਾਂਦਾ। ਪਹਿਲਾਂ ਤਾਂ ਬਹੁਤ ਜ਼ੋਰ ਦੀ ਪੈਂਦਾ ਸੀ, ਫਿਰ ਰੁਕ ਗਿਆ, ਹਟ ਗਿਆ, ਫਿਰ ਥੋੜ੍ਹਾ 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 ਜਾਣੀ ਇੱਕਣਾ ਕਰਕੇ ਮੀਂਹ ਪਈ ਜਾਂਦਾ। ਅਤੇ ਹੁਣ ਦੇਖਦੇ ਹਾਂ, ਹੁਣ ਇਹਨੂੰ ਲੈ ਕੇ ਜਾਂਦੇ ਡਾਕਟਰ ਦੇ, ਸਰਨਾ ਨਹੀਂ ਹੈਗਾ, ਕਿਉਂਕਿ ਪਹਿਲਾਂ ਤਾਂ ਐਂ ਸੀਗਾ ਵੀ ਚਲੋ ਕੋਈ ਗੱਲ ਨਹੀਂ, ਹੈ ਨਾ, ਬੁਖਾਰ ਉੱਤਰ ਜੂਗਾ, ਹੁਣ ਬੁਖਾਰ ਉੱਤਰ ਕੇ ਦੁਬਾਰਾ ਹੋ ਗਿਆ, ਅਤੇ ਫਿਰ ਤਾਂ ਡਾਕਟਰ ਦੇ ਲਿਜਾਣਾ ਹੀ ਪੈਣਾ। ਅਤੇ ਮੀਂਹ ਦੇ ਜਿੰਨੇ ਫਾਇਦੇ ਨੇ ਉਨੇ ਨੁਕਸਾਨ ਵੀ ਨੇ, ਅਤੇ ਨਾ ਤਾਂ ਅੱਜ ਪੱਠੇ ਵੱਢੇ ਗਏ ਆ ਮੀਂਹ ਦੇ ਕਾਰਨ, ਅਤੇ ਨਾ ਹੀ ਪਸ਼ੂਆਂ ਦੀ ਚੰਗੀ ਤਰ੍ਹਾਂ ਮੀਂਹ ਦੇ ਵਿੱਚ ਦੇਖਭਾਲ ਹੁੰਦੀ ਆ। ਹਾਂਜੀ ਮਿੱਠੀ, ਬੋਲੋ 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 ਬੱਚੇ, ਕਿਵੇਂ ਦੇਖਦੀ ਆ ਪਰੀ, ਪਰੇ ਨੂੰ ਮੂੰਹ ਕਰਕੇ ਬਹਿ ਗਈ। ਅਤੇ ਜੇ ਆਪਦਾ ਦਲੀਆ ਠੰਡਾ ਹੋ ਗਿਆ, ਉਹ ਲੈ ਉਹਨੂੰ ਖਿਲਾਈਏ ਆਪਾਂ, ਅਤੇ ਫਿਰ ਉਹਨੂੰ ਡਾਕਟਰ ਦੇ ਦੇਖਦੇ ਹਾਂ, ਭੇਜਦੇ ਹਾਂ, ਕੌਣ ਲੈ ਕੇ ਜਾਂਦਾ, ਵੀਰੇ ਨਾ ਜਾਊ ਆਪਦੇ ਨਾ, ਜਾਂ ਫਿਰ ਆਪਣੇ ਡੈਡੀ ਨਾ ਜਾਊਗਾ,
ਮੈਨੂੰ ਨਾਲ ਲੈ ਕੇ ਜਾਊਗਾ ਜਾਂ ਆਪੇ ਹੀ ਚਲੇ ਜਾਣਗੇ, ਦੇਖਦੇ ਹਾਂ। ਅਤੇ ਹਾਂਜੀ, ਜੇਕਰ ਤੁਸੀਂ ਵੀਡੀਓ 'ਤੇ ਪਹਿਲੀ ਵਾਰੀ ਆਉਂਦੇ ਹੁੰਦੇ ਤਾਂ ਪਲੀਜ਼ ਮੇਰੀ ਰਿਕੁਐਸਟ ਆ, ਤੁਸੀਂ ਚੈਨਲ ਨੂੰ ਬੈੱਲ ਦੇ ਨਾਲ ਸਬਸਕ੍ਰਾਈਬ ਕਰ ਲਿਆ ਕਰੋ, ਠੀਕ ਹੈ ਜੀ। ਯਾਰ ਦੀ ਹਾਲਤ ਜਿਹੜੀ ਆ ਚੰਗੀ ਤਰ੍ਹਾਂ ਠੀਕ ਨਹੀਂ, ਬਹੁਤ ਟੈਨਸ਼ਨ ਆ ਮੈਨੂੰ ਉਹਦਾ। ਕੱਲ੍ਹ ਪੇਪਰ ਆ ਪੰਜਾਬੀ ਦਾ ਅਤੇ ਪੜ੍ਹਦਾ ਜਵਾਕ ਨੇ, ਫਿਰ ਵੀ ਕੋਸ਼ਿਸ਼ ਕਰੀ, ਕਿਤਾਬਾਂ ਚੱਕੀਆਂ, ਉਹ ਤੋਂ ਪੜ੍ਹਿਆ ਨਹੀਂ ਗਿਆ ਹੈਗਾ। ਸ਼ੁਕਰ ਕਰੋ ਵੀ ਉਹਨੇ ਕੱਲ੍ਹ ਜਿਹੜਾ, ਮੈਂ ਹਾਲੇ ਕਹਿੰਦੀ ਸੀ ਵੀ ਆਪਣੇ ਕੋਲ ਹੈਗਾ ਕੱਲ੍ਹ ਦਾ ਦਿਨ, ਵੀ ਅੱਜ ਤੂੰ ਹੈ ਨਾ ਰੀਡਿੰਗ ਵਗੈਰਾ ਲੈ ਲਾ। ਅੱਛਾ, ਪੱਖਾ ਤਾਂ ਇਹਨੇ ਲਾਉਣਾ ਨਹੀਂ, ਪੱਖਾ ਲਾਉਣ ਚੱਲੀ ਸੀ। ਉੱਠ ਬੇਟਾ, ਆ ਜਾ ਖਾਈਏ, ਇੱਧਰੋਂ ਲਾਈਟ ਨਹੀਂ ਪੈਂਦੀ ਸਹੀ। ਉੱਠ ਜਾਓ, ਆ ਜਾ ਮੇਰੀ ਬੁਗੜੀ, ਆ ਜਾ। ਝੱਗੀ ਬੀਬੀਰੇ ਵਾਲੀ ਪਾਈ ਫਿਰਦਾ ਖੁੱਲੀ ਜੀ। ਆ ਜਾ ਫਿਰ ਝੱਗੀ ਚੇਂਜ ਕਰਕੇ, ਮਾੜੇ ਜਿਹੇ ਵਾਲ ਸੈੱਟ ਕਰਕੇ ਫਿਰ ਡਾਕਟਰ 'ਤੇ ਜਾਓ। ਵਿਆਹ 'ਤੇ ਨਹੀਂ ਜਾਣਾ, ਫਿਰ ਵੀ ਹਾਲਤ ਤਾਂ ਸੋਹਣੀ ਹੋਣੀ ਚਾਹੀਦੀ ਆ। ਸੋਹਣਾ ਤਾਂ ਲੱਗੇ, ਚਾਹੇ ਬੰਦਾ ਬਿਮਾਰ ਹੀ ਆ, ਫਿਰ ਵੀ ਸੋਹਣਾ ਤਾਂ ਲੱਗਣਾ ਚਾਹੀਦਾ। ਮੇਰੀ ਹਾਲਤ ਸਵੇਰ ਦੀ ਹੈ ਨਹੀਂ ਸੀ ਕੁਛ ਚੰਗੀ ਤਰ੍ਹਾਂ, ਠੀਕ ਜੀ ਨਹੀਂ ਸੀਗੀ। ਮੈਂ ਹੁਣ ਫੇਸ ਕੈਮਰਾ ਤਾਂ ਕੀਤਾ ਵੀ ਪਹਿਲਾਂ ਆਪਣੀ ਹਾਲਤ ਬਣਾਈ ਆ ਥੋੜ੍ਹੀ ਜਿਹੀ, ਹੈ ਨਾ। ਇੱਥੇ ਇੱਕ ਤਾਂ ਇੱਥੇ ਵੀਡੀਓ ਨਹੀਂ ਵਧੀਆ ਆਉਂਦੀ, ਇੱਥੇ ਲਾਈਟ ਜਿਹੜੀ ਆ ਵੱਡੀ ਲਾਉਂਦੇ ਹਾਂ ਤਾਂ ਫਿਰ ਸਾਨੂੰ ਆਦਤ 24 ਘੰਟੇ ਲਾ ਕੇ ਰੱਖਣ ਦੀ, ਅਤੇ ਨਹੀਂ ਲਾਉਂਦੇ ਤਾਂ ਵੀਡੀਓ ਨਹੀਂ ਵਧੀਆ ਆਉਂਦੀ ਮੇਰੀ। ਲੈ ਪੁੱਤ ਖਾ, ਉਰੇ ਨੂੰ ਮੈਂ ਖਿਲਾਉਣੀ ਹੈ। ਚਲੋ ਆਪਾਂ ਬਾਅਦ 'ਚ ਮਿਲਦੇ, ਪਹਿਲਾਂ ਭਜਿਆ ਨੂੰ ਦਲੀਆ ਖਿਲਾ ਦਈਏ। ਡਾਕਟਰ ਦੇ ਚੱਲੇ ਅਜੇ ਯਾਰ, ਅੱਜ ਹੈਗਾ ਵੀ ਸੰਡੇ। ਉਹਦੇ ਕੋਲ ਬੈਠਣਗੇ ਜਿਹਾਰ ਕੋਲ, ਅਤੇ ਸ਼ਹਿਰ ਲਿਜਾਣਾ ਪੈਣਾ ਜਿਹਾਰ ਨੂੰ ਡਾਕਟਰ ਕੋਲ। ਪਿੰਡ ਕੋਈ ਡਾਕਟਰ ਨਹੀਂ ਹੋਣਾ ਗਾ, ਮੀਂਹ ਨੇ ਦੇ ਲੋਕ ਹਾਲ ਕਰਤਾ। ਹਾਏ ਹਾਏ, ਗਾਰਾ ਹੀ ਗਾਰਾ। ਆਪਾਂ ਲਾ ਲਈਏ ਕੁੰਡੇ, ਕਿਉਂਕਿ ਇਕੱਲੇ ਬੰਦਾ ਘਰ ਆ, ਆਪਦੀ ਸੇਫਟੀ ਆਪਦੇ ਹੱਥ। ਅਤੇ ਬਾਕੀ ਕੰਮ ਕੀ ਕਰੀਏ ਹੁਣ, ਕੋਈ ਕੰਮ ਨਹੀਂ ਗਾ, ਸਾਰਾ ਕੰਮ ਹੋਇਆ ਪਿਆ, ਖਾਣਾ ਪੀਣਾ ਵੀ ਸਾਰਾ ਬਣਿਆ ਹੋਇਆ। ਹਾਲੇ ਟਾਈਮ ਆ ਜਿਹੜਾ 2:30 ਵਜੇ ਆ। ਚਲੋ ਦੇਖਦੇ ਹਾਂ ਕੀ ਕਰਦੇ ਹਾਂ। ਅਸੀਂ ਕੱਲ੍ਹ ਇੰਨੀ ਕਣਕ ਧੋਤੀ ਅਤੇ ਉੱਪਰੋਂ ਰੱਬ ਨੇ ਮੀਂਹ ਪਾ ਤਾ। ਇਹ ਫੋਲੀ ਵੀ ਨਹੀਂ ਅਲੱਗ ਮੰਜੇ 'ਤੇ, ਵੀ ਜਾਂ 2-3 ਮੰਜਿਆਂ 'ਤੇ ਫੋਲ ਦਿੰਦੇ। ਇੱਥੇ ਪੱਖੇ ਥੱਲੇ ਕਰਕੇ ਫੋਲਤੀ। ਚਲੋ ਦੇਖੋ, ਪਤਾ ਨਹੀਂ ਕਦੋਂ ਧੁੱਪ ਨਿਕਲੂਗੀ, ਫਿਰ ਕਦੋਂ ਸੁੱਕੂਗੀ ਇਹ। ਉੱਦਾਂ ਤਾਂ ਪਾਣੀ ਤਾਂ ਹੈ ਨਹੀਂ ਵਿੱਚ, ਕੱਲ੍ਹ ਦੀ 4:00 ਵਜੇ ਦੀ ਧੋਤੀ ਹੈ। ਜੁਝਾਰ ਉਨੀ ਆ ਗਏ ਦਵਾਈ ਲੈ ਕੇ। ਹੱਥ ਲਾਉਣਾ ਹੀ ਪੈਣਾ। ਬਹੁਤ ਵਧੀਆ ਮੌਸਮ।
ਪੰਜ ਹਜ਼ਾਰ ਤਾਂ ਹੀ ਪਿਆ। ਠੀਕ ਆ ਯਾਰ, ਠੀਕ ਆ ਪੁੱਤ, ਕਿੰਨੀ ਕੁ ਠੰਡ ਲੱਗਦੀ? ਠੀਕ ਆ। ਹਾਏ ਕੀ ਬਣ ਗਿਆ ਮੇਰੇ ਪੁੱਤ ਦਾ, ਕੱਲ੍ਹ ਪੇਪਰ ਦੇਣ ਕਿਵੇਂ ਜਾਵੇਂਗਾ? ਹਾਫ ਪੇਪਰ, ਪਾਸਿੰਗ ਮਾਰਕ, ਪਾਸਿੰਗ ਮਾਰਕਸ। ਚਲ ਠੀਕ ਆ, ਕੋਈ ਗੱਲ ਨਹੀਂ। ਕਿਵੇਂ ਬਿਮਾਰ ਹੋ ਗਿਆ? ਕੀ ਹੋ ਗਿਆ? ਦਰਵਾਜ਼ਾ ਖੋਲੋ, ਰਜਾਈ ਅੰਦਰ ਵੀ ਮਿਲ ਜੂ ਰਜਾਈ। ਇੱਕ ਤਾਂ ਵੀ ਰਜਾਈ ਨਹੀਂ ਲੋਟ ਆਉਂਦੀ, ਇੰਨੀਆਂ ਦਵਾਈਆਂ। ਆਹ ਤਾਂ ਕਰਤਾ ਪੱਖਾ ਬੰਦ, ਇੱਥੇ ਬਹਿ ਜਾ, ਇੱਥੋਂ ਦਵਾਈਆਂ ਦਵਾਈਆਂ ਲੈ ਕੇ ਫਿਰ ਅੰਦਰ ਚਲ ਜਾਈ। ਰਜਾਈ ਦੇ ਐਵੇਂ ਆਪਾਂ ਵੀਰੇ ਰਜਾਈ ਲੈ ਜਾਈ। ਦਵਾਈਆਂ ਦੇ ਵੀ ਫੀਵਰ ਲੈ ਕੇ ਆਉਂਦਾ। ਇਹਨੇ ਖਾਧੇ ਇੱਕ ਦਿਨ 10 ਬਦਾਮ। ਮੈਨੂੰ ਦੇ ਦੋ, ਪੱਚ ਲੋ। ਲੈ ਕੇ ਗਏ ਇਹਨੂੰ 101 ਬੁਖਾਰ, ਤੇ ਹੁਣ ਇਹਨੂੰ ਦਵਾਈ ਦਿੱਤੀ ਆ, ਦਵਾਈਆਂ ਤਾਂ ਇੰਨੀਆਂ ਦਿੱਤੀਆਂ ਡਾਕਟਰ ਨੇ। ਦੇਖੋ 4-5 ਦਵਾਈਆਂ, ਪਤਾ ਨਹੀਂ ਕਿਹੜੇ ਨਵੇਂ ਡਾਕਟਰ ਦੇ, ਸੰਡੇ ਨੂੰ ਇਹ ਪੰਗਾ ਪੈ ਜਾਂਦਾ, ਪਤਾ ਨਹੀਂ ਕਿਹੜੇ ਨਵੇਂ ਡਾਕਟਰ ਦੇ ਚਲੇ ਗਏ, 5 ਦਵਾਈਆਂ ਦਿੱਤੀਆਂ, ਜਦਕਿ ਦਵਾਈ ਤਾਂ ਇੱਕੋ ਹੀ ਬਹੁਤ ਹੁੰਦੀ ਆ। ਦਵਾਈ ਬਸ ਖਤਮ ਹੋ ਗਈ, ਜਿਹੜੀ ਇਹਦੀ ਦਵਾਈ ਸੀਗੀ ਉਹ ਖਤਮ ਹੋ ਗਈ, ਅਤੇ ਇੰਨੀਆਂ ਦਵਾਈਆਂ ਦਿੱਤੀਆਂ। ਹੁਣ ਇਹ ਦਵਾਈਆਂ ਦੇ ਵਿੱਚੋਂ ਮੈਂ ਇਹਨੂੰ ਇੱਕ ਆਹ ਹੀ ਦਿੱਤੀ ਜਿਹੜੀ ਪਹਿਲਾਂ ਦੇਣੀ ਸੀਗੀ, ਉਹਦੇ ਨਾਲ ਇਹਨੂੰ ਉਲਟੀ ਆ ਗਈ, ਉਹ ਦਵਾਈ ਸਾਰੀ ਨਿਕਲ ਗਈ। ਦੱਸੋ ਬੰਦਾ ਫਿਰ ਕੀ ਕਰੇ? ਅਤੇ ਹੁਣ ਮੈਂ ਇਹਨੂੰ ਪੁੱਛਦੀ ਹਾਂ ਵੀ ਕੀ ਕੁਛ ਖਾਣਾ, ਇਹ ਕਹਿੰਦਾ ਕੁਛ ਨਹੀਂ ਖਾਣਾ ਹੈਗਾ, ਇੰਨਾ ਵੀ ਠੰਡ ਲੱਗਦੀ ਆ ਨਾ, ਬੁਖਾਰ। ਕੱਲ੍ਹ ਪੇਪਰ ਵੀ ਆ, ਮੈਨੂੰ ਤਾਂ ਬਹੁਤ ਫਿਕਰ ਲੱਗੀ ਪਈ ਆ। ਪਾਸ ਯੋਗਾ ਤਾਂ ਪੁੱਤ ਕਰ ਲਏਗਾ ਫਿਰ, ਜੇ ਠੀਕ ਹੋਵੇਗਾ ਉਹ ਵੀ ਤਾਂ ਹੀ ਹੋਊਗਾ, 2 ਮਿੰਟਾਂ 'ਚ ਠੀਕ ਹੋ ਜਾਣਾ ਆਊਗਾ। ਕਿ ਵਜੇ ਹੁਣ ਬੈਂਚ? ਹਾਂ ਬੈਂਚ ਤਾਂ ਨਹੀਂ, ਆਪ ਹੀ ਛੱਡ ਕੇ ਆ ਹੋਊ, ਆਪ ਹੀ ਲਿਆ ਹੋਊਗਾ। ਕੱਲ੍ਹ ਇੱਕ ਡਿਊਟੀ ਹੋਣੀ ਵੀ, ਇੱਕ ਬੰਦੇ ਦੀ ਆ ਵੀ ਡਿਊਟੀ ਸਖ਼ਤ ਹੋ ਗਈ ਹੈ ਨਾ। ਬੱਚੇ ਦਾ ਤਾਂ ਕਦੇ ਕੁਛ ਨਾ ਦੁਖੇ, ਆਪਦਾ ਹੀ ਦੁੱਖ ਲਵੇ ਜਿਹੜਾ ਉਹ ਦੁੱਖਣਾ। ਮੈਨੂੰ ਮੈਨੂੰ